मुकेरियां ਦੇ ਪਿੰਡ ਮੁਰਾਦਪੁਰ ਆਵਾਨ ਦੇ ਮਨਦੀਪ ਸਿੰਘ ਦੀ ਕੈਨੇਡਾ ਦੇ ਵਿੱਚ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਨਦੀਪ ਸਿੰਘ 2019 ਦੇ ਵਿੱਚ ਅਮਰੀਕਾ ਗਿਆ ਸੀ ਤੇ ਉਸ ਦੇ ਕੋਲ ਵਰਕ ਪਰਮਿਟ ਵੀ ਸੀ ਤੇ 20 ਤਰੀਕ ਨੂੰ ਜਦੋਂ ਕੈਨੇਡਾ ਟਰੱਕ ਲੈ ਕੇ ਗਿਆ ਤਾਂ ਟਰੱਕ ਇੰਬੈਲੈਂਸ ਹੋ ਕੇ ਪਲਟ ਗਿਆ। ਟਰੱਕ ਪਲਟਦੇ ਹੀ ਉਸ ਵਿੱਚ ਅੱਗ ਲੱਗ ਗਈ ਤੇ ਮਨਦੀਪ ਸਿੰਘ ਜ਼ਿੰਦਾ ਹੀ ਉਸ ਦੇ ਵਿੱਚ ਸੜ ਗਿਆ। ਮੌਤ ਦੀ ਖਬਰ ਮਿਲਦੇ ਹੀ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮਨਦੀਪ ਦੇ ਪਿਤਾ ਜਰਨੈਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਬੀਤੀ 19 ਜੂਨ ਨੂੰ ਹੀ ਪੁੱਤਰ ਦੇ ਨਾਲ ਗੱਲ ਹੋਈ ਸੀ, ਉਦੋਂ ਉਹ ਬਿਲਕੁਲ ਚੰਗਾ ਭਲਾ ਸੀ ਤੇ ਅਗਲੇ ਦਿਨ 20 ਤਰੀਕ ਨੂੰ ਉਸ ਦਾ ਜ਼ਬਰਦਸਤ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਟਰੱਕ ਪਲਟਿਆ, ਅੱਗ ਲੱਗੀ ਤੇ ਉਸ ਦੇ ਪੁੱਤਰ ਦੀ ਜਾਨ ਚਲੀ ਗਈ। ਦੁਖੀ ਬਾਪ ਨੇ ਭਰੇ ਮਨ ਨਾਲ ਕਿਹਾ ਕਿ ਉਹਨਾਂ ਦਾ ਪੁੱਤਰ ਨਿਤਨੇਮੀ ਸੀ, ਕਿਸੇ ਵੀ ਮਾੜੇ ਐਪ ਤੋਂ ਦੂਰ ਰਹਿੰਦਾ ਸੀ ਤੇ ਬਹੁਤ ਹੀ ਨੇਕ ਪੁੱਤਰ ਸੀ। ਜਰਨੈਲ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਵੇ ਤਾਂ ਕਿ ਉਹ ਪੂਰੀ ਰਸਮਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਤੇ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਮੇਰਾ ਬੇਟਾ ਮਨਦੀਪ ਸਿੰਘ, ਨਿੱਕਾ ਨਾਮ ਮਣੀ, 2019 ਵਿੱਚ 19 ਫਰਵਰੀ ਨੂੰ ਘਰੋਂ ਗਿਆ ਸੀ ਅਤੇ ਕਰੀਬ ਇੱਕ ਮਹੀਨੇ ਬਾਅਦ ਹੀ ਅਮਰੀਕਾ ਪਹੁੰਚ ਗਿਆ ਸੀ। ਮੁੜ ਕੇ ਵਰਕ ਪਰਮਿਟ ਅਤੇ ਹੋਰ ਉਹਦੇ ਕੋਲ ਸਾਰੇ ਪੇਪਰ ਲੀਗਲ ਜਿਨ੍ਹਾਂ 'ਤੇ ਕੰਮ ਕਰਦਾ ਪਿਆ ਸੀ। 20 ਤਰੀਕ ਨੂੰ ਉੱਥੇ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਣ ਕਰਕੇ ਟਰੱਕ ਨੂੰ ਅੱਗ ਲੱਗ ਗਈ, ਮੁੜ ਕੇ ਤੋੜ ਕੇ ਸ਼ੀਸ਼ੇ ਆਪ ਬਾਹਰ ਨਿਕਲਿਆ। ਹੋਸਪਿਟਲ ਜਾਣ ਸਮੇਂ ਪਾਇਲਟ ਨੂੰ ਕਹਿੰਦਾ ਕਿ ਮੇਰੇ ਅੰਗ ਪਹਿਲਾਂ ਕੱਟੇ, ਮੈਂ ਸਹੀ ਹਾਂ, ਪਰ 7 ਦਿਨ ਦੇ ਸੰਘਰਸ਼ ਦੇ ਬਾਅਦ ਕੱਲ੍ਹ ਭਾਰਤੀ ਸਮੇਂ ਮੁਤਾਬਕ 8:15 ਅਤੇ ਉੱਥੇ ਦੇ ਰਾਤ 10:58 ਦੀ ਇਸ ਦੁਨੀਆ ਨੂੰ ਛੱਡ ਕੇ ਅਤੇ ਸਾਨੂੰ ਰੋਂਦਾ ਕੱਲਾਂ ਦਾ ਛੱਡ ਕੇ ਚੱਲ ਗਈ। ਐਕਸੀਡੈਂਟ ਹੋਇਆ ਕਾਹਦੇ ਨਾਲ ਸੀਗਾ ਜੀ, ਕਿਸ ਤਰੀਕੇ? ਪਤਾ ਲੱਗਾ ਕਿ ਟਰੱਕ ਨਾਲ ਥੋੜ੍ਹਾ ਜਿਹਾ ਕਿਤੇ ਟਰੱਕ ਟਕਰਾਇਆ ਵਾ ਜਾਂ ਕੋਈ ਡਿਸਬੈਲੈਂਸ ਹੋ ਗਿਆ, ਮੁੜ ਕੇ ਇਹ ਟਰੱਕ ਪਲਟ ਗਿਆ, ਇਹਦੇ ਨੂੰ ਅੱਗ ਲੱਗ ਗਈ ਟਰੱਕ। ਕਦੋਂ ਫੋਨ ਦੀ ਘਟਨਾ ਗੱਲ ਹੋਈ ਸੀ? ਮੇਰੀ ਲਾਸਟ ਜਿਹੜੀ ਆ ਤਕਰੀਬਨ ਮੇਰੇ ਹਿਸਾਬ ਨਾਲ ਤਾਂ ਉਸੇ ਦਿਨ ਹੀ ਗੱਲ ਹੋਈ ਆ। ਮੇਰੀ ਕੋਈ ਇੰਡੀਅਨ ਟਾਈਮ ਮੁਤਾਬਕ ਕੋਈ 10 ਵਜੇ ਦੇ ਲਾਗੇ ਗੱਲ ਹੋਈ ਹੈ, ਜਾਂ ਸੋਮਵਾਰ ਹੋਈ ਜਾਂ ਮੰਗਲਵਾਰ ਹੋਈ ਹੈ। ਸ਼ਬਦ ਕਿੱਥੇ ਕਹਿੰਦਾ ਫਲੋਰੀਡਾ ਜਾਣ ਡਿਆ ਡੈਡੀ, ਕਿ ਮੈਂ 10 ਮਿੰਟ ਤੱਕ ਨਾ ਟਰੱਕ ਰੋਕ ਕੇ ਅਤੇ ਸੌ ਜਾਣਾ ਵਾ ਅਤੇ ਥੋੜ੍ਹਾ ਸਫ਼ਰ ਰਹਿ ਗਿਆ ਵਾ 2-3 ਘੰਟੇ ਦਾ, ਬਾਕੀ ਮੈਂ ਸਵੇਰੇ ਕਰਾਂਗਾ। ਮੈਂ ਉਹਨੂੰ ਇਹੀ ਪੁੱਛਦਾ, ਉਹਦੇ ਬਹੁਤ ਰੋਟੀ ਖਾ ਲਈ ਆ? ਹਾਂ ਡੈਡੀ ਰੋਟੀ ਖਾ ਲਈ ਆ। ਉਹਨੇ ਜਿੱਥੇ ਵੀ ਜਾਣਾ ਟਰੱਕ 'ਤੇ, ਜਿੰਮ ਜਿੱਥੇ ਜਿੰਮ ਹੋਣਾ ਉੱਥੇ ਹੀ ਉਹਨੇ ਟਰੱਕ ਰੋਕਣਾ ਅਤੇ ਜਿੰਮ ਕਰਕੇ ਫੇਰ ਹੀ ਉਹਨੇ ਨਿਤਨੇਮ, ਪੱਕਾ ਨਿਤਨੇਮ ਹੀ ਸੀ ਉਹ, ਰੱਬ ਨੇ ਸੁਣੇ ਨਹੀਂ। ਕਿੰਨੇ ਬੱਚੇ ਤੁਹਾਡੇ? ਇੱਕ ਬੇਟਾ ਇੱਕ ਬੇਟੀ ਹੈ ਜੀ, ਇਕੱਲਾ ਹੀ ਬੇਟਾ, ਇਕਲੌਤਾ ਹੀ ਬੇਟਾ, 1.25 ਲੱਖ ਹੀ ਹੋਈ। ਅੱਛਾ, ਆਪਾਂ ਉੱਧਰੋਂ ਕੁਛ ਜਿੱਦਾਂ ਬੋਡੀ ਆਉਣ ਦੇ ਆਸਾਰ ਕਿੱਦਾਂ ਦੇ, ਅੱਗੇ ਕੀ ਆਪਾਂ ਕੰਮ ਕਰਦੇ ਹਾਂ? ਆਪਣੇ ਪ੍ਰੋਸੈਸ ਚੱਲਦਾ ਪਿਆ। ਬੋਡੀ ਜਿਹੜੀ ਆ ਉਹ ਅੱਗ ਲੱਗਣ ਕਰਕੇ ਉਹ ਡਾਕਟਰ ਦੀ ਸਲਾਹ ਮੁਤਾਬਕ ਦੇਖਦੇ ਹਾਂ। ਜੇ ਡਾਕਟਰ ਅਲਾਓ ਕਰੇਗਾ ਕਿ ਗਰਮੀ ਦਾ ਮੌਸਮ ਆ, ਬੋਡੀ ਖਰਾਬ ਜ਼ਿਆਦਾ ਹੋ ਗਈ, ਤਾਂ ਫਿਰ ਇੱਥੇ ਲਿਆਉਣ ਦਾ ਤਾਂ ਕੰਮ ਨਹੀਂ, ਫਿਰ ਉੱਥੇ ਦੇਖ ਲਵਾਂਗੇ। ਜੇ ਬੋਡੀ ਸਹੀ ਹੋਈ, ਡਾਕਟਰ ਨੇ ਅਲਾਓ ਕੀਤਾ ਵੀ ਹਾਂ ਵੀ ਇਹ ਟਰੈਵਲ ਕਰ ਸਕਦੀ ਆ, ਫਿਰ ਇੱਥੇ ਲਿਆਵਾਂਗੇ। ਆਪਾਂ ਭਾਰਤ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹਾਂਗੇ ਕਿ ਇਸ ਤਰੀਕੇ ਦੀ ਕੋਈ ਹੈਲਪ ਕੀਤੀ ਜਾਵੇਗੀ, ਕਿ ਬੋਡੀ ਆਉਣ ਦੇ ਵਿੱਚ ਅਗਰ ਕੋਈ ਦਿੱਕਤ ਹੈ ਤਾਂ ਉਹ ਕੋਈ ਹੈਲਪ ਕਰਨ? ਚਲੋ, ਭਾਰਤ ਸਰਕਾਰ ਨੇ ਆਪਣਾ ਕੰਮ ਕਰਨਾ ਜੀ, ਜ਼ਰੂਰ ਉਹਨਾਂ ਨੇ ਕਈ ਲੋੜ 'ਤੇ ਕਰ ਲਾਂਗੇ, ਬੇਨਤੀ ਜੇ ਕਰ ਲੇਗੀ ਠੀਕ ਆ ਜੀ। ਪਹਿਲਾਂ ਤਾਂ ਭਾਰਤ ਸਰਕਾਰ ਇਹੀ ਕਰੇਗੀ, ਲੋਕਾਂ ਦੇ ਬੱਚਿਆਂ ਨੂੰ ਰੁਜ਼ਗਾਰ ਹੀ ਇੱਥੇ ਮਿਲੇ, ਬੱਚੇ ਜਾਣ ਹੀ ਨਾ ਜੀ, ਇੱਦਾਂ ਦੇ ਕੋਈ ਕਰਨ ਲੋਕਾਂ ਨੂੰ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ 'ਚ ਮਾਹਿਰ ਡਾਕਟਰ ਗੁਪਤਾ, 6961-7000, ਬਿਨਾਂ ਤੋੜ ਤਕਲੀਫ ਤੋਂ, ਬਿਨਾਂ ਦਾਖਲ ਹੋਏ, ਬਿਨਾਂ ਕੰਮ ਛੱਡੇ, ਹਰ ਤਰ੍ਹਾਂ ਦਾ ਨਸ਼ਾ ਛੱਡੋ। ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ, ਆਨੰਦ ਦਵਾਖਾਨਾ, ਸਾਹਮਣੇ ਬੱਸ ਸਟੈਂਡ, ਪਟਿਆਲਾ। ਡਾਕਟਰ ਗੁਪਤਾ, 6961-7000।